अपने मोटरसाइकिल की पहली मीह दे राइड हो गई है भी। मौसम देखते हुए तो टाइम देखते हुए अच फिर फ्री टाइम एक गेड़ छोटी जी गेड़ी लाने दिल किया तो बाइक लैके निकल पाए। अज आप चले हाँ पासो संभाल दो, बहुत वधिया पासो है तो शायद एक एक घंटा मसी लगना सानू उत्थे जाण। नैट ते चेक किया मौसम उत्थे तां बदल दसे आ मीह दसे आ पर इन्नी गर्मी च लगता नहीं उत्थे मीह होगा। बाकी हुण जाके देखते हैं जिला पासो संभाल दो आ एक इतिहासिक जगह आ। फर्स्ट वर्ल्ड वार या सैकंड मैं याद नहीं चंगी तरह उत्थे लिखा आ उस वेले रोड उत्थे तैयार किया गया सी फौजियों वालों। बाकी थोनू बाकी जानकारी उत्थे जाके दसदे आ। इटली का एक इतिहासिक जगह आ ते काफ़ी राइडर आउंदे आ चेक करन आउंदे आ देखन आउंदे सारा कुछ उत्थे। उत्थे दा जिहड़ा व्यू आ डिफरेंट है, रोड जिहड़ा बनया बड़ा वधिया है। बाकी रोड सेम ही हुंदा जदों मैं पहाड़ा वल जांदा इस करके हुण इत्थों मैं गोप्रो बंद कर देना है। चलो अगे जाके मिलते हैं। ओके मौसम वालियां दी गल सही सीगी, सामने देख के पता लगता पाया कि मीह पैंदा है। चलो थोड़ा लागे जाके देखते हैं कि हिसाब किताब है। रैन उपर काले बदल आ मीह तो पैंदा ही लगता दिसदा पाया। फिर भी चलो कोल जाके ट्राई मार के देखते हैं। लो जी बदले बदल आ गए तो गर्मी तो माहौल ठंडिया होने लग पाया। हम तक जिन्ना भी चलाए हैं गर्मी च ही आए हैं। अज गर्मी भी काफ़ी है 26-27 डिग्री अज भी। जब तक पानी नहीं डिगदा उपर अपने उदों तक आप अगे नूं जाई जाना है। हो गया तो फिर पहुंच जाइए। बहुत ठंडा हो गया इतना। वैसे बदले ही आ मेरे हिसाब मीह नहीं है ये। दो तीन दिन हो गए गर्मी पैंदी भी बहुत पई है, सुक्की सुक्की गर्मी है पूरी ते माहौल च ठंडे जहाँ आके मज़ा आ गया। देखो तो नज़ारा फिर सही आ चल जाना आप देखी जाओ कुछ नहीं। असं इस पहाड़ा के उपर जाना है हूँ उतो अगे जाके चढ़ना है ये पिछले साइड तो जाना है। यह पासो किते नूं मैनू शायद 2 साल हो गए एक बार मैं सारे बुलट जिन्हें से इलाके के बुलट बुलट लैके आए थे सारे जने। लो जी आ रोड है जो विक्टोरिया पेरेंटो तो आता है बालदो ब्याज जाता तो इतों
ਆਪਾਂ ਲੈਫਟ ਰਾਈਟ ਸਾਈਡ ਆਉਣਾ ਆ ਅਤੇ ਜਿਹੜਾ ਪਾਸੋ ਸੰਭੋਲ ਤੋਂ ਰਸਤਾ ਜਾਂਦਾ ਆ ਅਤੇ ਅਸੀਂ ਕੁਨਲਿਆਨਾ ਤੋਂ ਵੀ ਆ ਸਕਦੇ ਹਾਂ ਵਿਤਾਰੇ ਵੈਂਤੋ ਤੋਂ ਵੀ ਆ ਸਕਦੇ ਹਾਂ ਅਤੇ ਇੱਥੋਂ ਰਾਈਟ ਹੈਂਡ ਹੋਣਾ ਆਪਾਂ ਅਤੇ ਪਾਸੋ ਸੰਭੋਲ ਤੋਂ ਰਸਤਾ ਆ 7 ਕਿਲੋਮੀਟਰ ਇੱਥੋਂ ਬਿਜਲੀ ਲਸਕਦੀ ਪਈ ਵੈਸੇ ਤਾਂ ਬਾਕੀ ਹੁਣ ਤੁਰ ਤਾਂ ਪਏ ਆ ਜਿੱਦਾਂ ਵੀ ਹੋਏ ਹੁਣ ਤੁਹਾਡੇ ਸਾਹਮਣੇ ਹੀ 18 ਮੋੜ ਹੈ ਇੱਥੇ ਅਤੇ ਤੁਹਾਨੂੰ ਮੋੜ ਹੁਣ ਦਿਖਾ ਦਿੰਦੇ ਕਿੱਦਾਂ ਦੇ ਆ ਲਓ ਜੀ 18ਵੇਂ ਤੋਂ ਸ਼ੁਰੂ ਹੋ ਗਿਆ ਅੱਜ ਮੰਗਲਵਾਰ ਆ ਅਤੇ ਇੰਨਾ ਰਿਸਕ ਨਹੀਂ ਹੈਗਾ ਵੀਕਐਂਡ ਦੇ ਵਿੱਚ ਬਾਈਕਰ ਇੱਥੇ ਰੇਸਾਂ ਲਾਉਂਦੇ ਆ ਤਾਂ ਮੋੜ ਦਾ ਥੋੜ੍ਹਾ ਧਿਆਨ ਰੱਖਣਾ ਪੈਂਦਾ ਆ ਗੱਡੀਆਂ ਭਿੱਜੀਆਂ ਨਹੀਂ ਆਉਂਦੀਆਂ ਇਹਦਾ ਮਤਲਬ ਕੰਮ ਸਹੀ ਆ ਪਰ ਹਵਾ ਬਹੁਤ ਚੱਲਦੀ ਪਈ ਆ ਪਿਛਲੀ ਵਾਰ ਬੁਲਟ ਲੈ ਕੇ ਆਇਆ ਸੀਗਾ ਅਤੇ ਉਹਦੀ ਕਟਾਈ ਦਾ ਅਤੇ ਇਹਦੀ ਕਟਾਈ ਦਾ ਹੁਣ ਡਿਫਰੈਂਸ ਪਤਾ ਲੱਗਦਾ ਪਿਆ ਆ ਉਹ ਥੋੜ੍ਹਾ ਟੇਢਾ ਜ਼ਿਆਦਾ ਹੋ ਜਾਂਦਾ ਸੀਗਾ ਇਹਨੂੰ ਹੁਣ ਨੀਵਾਂ ਹੋਣ ਕਰਕੇ ਜ਼ਿਆਦਾ ਟੇਢਾ ਨਹੀਂ ਕਰ ਸਕਦਾ ਤਾਂ ਥੋੜ੍ਹਾ ਚੜ੍ਹਾ ਕੇ ਕੱਟ ਹੋਣ ਦਾ ਪਿਆ ਮੀਂਹ ਸ਼ੁਰੂ ਹੋ ਗਿਆ ਮੀਂਹ ਸ਼ੁਰੂ ਹੋ ਗਿਆ ਕਿੱਦਾਂ ਹੋ ਗਿਆ ਉਹ ਪਹੁੰਚ ਵੀ ਗਏ ਆਪਾਂ ਉੱਥੇ ਜਾਣਾ ਸਿਖਰ 'ਤੇ ਚੱਲ ਹੁਣ ਪਹੁੰਚਾ ਦੇ ਉੱਪਰ ਹੌਲੀ ਹੌਲੀ ਉੱਤਰ ਜਾ ਥੱਲੇ ਜਦੋਂ ਰੋਡ ਬਣਦਾ ਸੀਗਾ ਉਹਦੀ ਫੋਟੋ ਲੱਗੀ ਹੋਈ ਆ ਆਹ ਦੇਖੋ ਫੌਜੀ ਤਿਆਰ ਕਰਦੇ ਸੀ ਰੋਡ ਇੱਥੋਂ ਸਾਨੂੰ ਰੈੱਡ ਲਾਈਟ ਆ ਇਹ ਸਿਰਫ 1 ਵੇ ਹੀ ਆ ਜਦੋਂ ਮੋਹਰੇ ਆਉਣਾ ਹੋਵੇ ਪਿਛਲਿਆਂ ਨੇ ਰੁਕਣਾ ਇੱਥੇ ਚਾਨਣਾ ਨੇ ਰੁਕ ਜਾਣਾ ਹੁਣ ਮੀਂਹ ਲਾ ਪਿਆ ਪਹੁੰਚ ਗਿਆ ਬਸ ਆਹੀ ਆ ਇੱਥੇ ਰੁਕ ਜਾਣਾ ਉੱਪਰ ਜਾ ਕੇ ਆਪਾਂ ਆਹੋ ਇਹ ਰੋਡ ਸਿੰਗਲ ਆ ਹੁਣ ਜਿਹੜੇ ਮੋਹਰੇ ਆਉਣੇ ਆ ਪਹਿਲਾਂ ਉਹ ਲੰਘਣੇ ਆ ਫਿਰ ਉਹਨਾਂ ਨੇ ਰੁਕ ਜਾਣਾ ਫਿਰ ਆਪਾਂ ਚੜ੍ਹਨਾ ਇੱਕ ਜਣਾ ਹੀ ਜਾ ਸਕਦਾ ਡਬਲ ਨਹੀਂ ਹੈਗਾ ਇਹ ਫੌਜੀਆਂ ਨੇ ਰੋਡ ਤਿਆਰ ਕੀਤਾ ਆ ਗੱਜਦਾ ਪਿਆ ਪੂਰਾ ਹਾਂ ਬਈ ਫੋਟੋ ਇੱਕ ਹੋਰ ਲੱਗੀ ਆ
ਥੋੜੀ ਜਿਹੀ ਜਗ੍ਹਾ ਤੇ ਸਾਰਾ ਪਹਾੜ ਉੱਪਰ ਉੱਪਰ ਨੂੰ ਰੋਡ ਬਣਾਇਆ ਤੇ ਉਸ ਟਾਈਮ ਦੇ ਹਿਸਾਬ ਨਾਲ ਤੁਸੀਂ ਦੇਖੋ ਬਿਨਾ ਮਸ਼ੀਨਰੀ ਤੋਂ ਰੋਡ ਤਿਆਰ ਕੀਤਾ ਹੈ। तेज हो गया ਇੱਥੇ ਰੁਕ ਕੇ ਤੁਹਾਨੂੰ ਸਾਰਾ ਫਿਰ ਦਿਖਾਉਂਦੇ ਹਾਂ। ਆ ਤੁਹਾਨੂੰ ਦਿਖਾਈਏ ਦੇਖੋ ਜੀ ਇੰਨੀ ਚੜ੍ਹਾਈ ਚਾੜੀ ਆ ਉਸ ਟਾਈਮ 'ਚ ਜਦੋਂ ਇੰਨੀ ਟੈਕਨੋਲੋਜੀ ਨਹੀਂ ਹੁੰਦੀ ਸੀਗੀ ਫੌਜੀਆਂ ਨੇ ਇਹ ਤਿਆਰੀ ਕੀਤੀ ਆ ਜ਼ਿਆਦਾਤਰ ਇਹਨਾਂ ਨੂੰ ਟਾਈਮ ਹੁਣ ਇੱਥੇ ਰੁਕਣਾ ਨਹੀਂ ਇੱਥੇ ਅਤੇ ਮੁੜ ਚਲੀਏ ਵਾਪਸ ਹੁਣੇ ਹੈ ਲੈਟਾਂ ਲਾਈਆਂ ਆ ਸਾਨੂੰ ਦਿਖਾ ਦਿੱਤਾ ਪਰ ਹੁਣ ਭਾਵੇਂ ਸਾਡੇ 'ਤੇ ਮੀਂਹ ਪੈਣਾ ਆ ਅੱਗੇ ਜਾ ਕੇ ਗੋਪਰੋ ਚੱਕਣ ਲਾਉਣਾ ਪੈਣਾ ਨਹੀਂ ਤਾਂ ਅਡੈਪਟਰ 'ਚ ਪਾਣੀ ਪੈ ਜਾਣਾ ਮਾਈਕ 'ਚ ਪਾਣੀ ਪੈ ਜਾਣਾ ਹਾਂ ਤੁਹਾਨੂੰ ਅਸੀਂ ਪਾਸੋਂ ਸੁਖਵਾਲ ਤੋਂ ਦਿਖਾ ਲੈਣਾ ਹੈ ਹੁਣ ਅਸੀਂ ਭੇਜਦਿਆਂ ਨੇ ਜਾਣਾ ਹੈ ਮੌਸਮ ਵਾਲਿਆਂ ਨੇ ਜਿੱਦਾਂ ਕਿਹਾ ਉੱਦਾਂ ਹੀ ਆ ਹੁਣ ਥੋੜ੍ਹਾ ਡੇਂਜਰ ਹੋ ਜਾਣਾ ਆ ਇੱਕ ਤਾਂ ਤਰਾਈ ਆ ਉੱਪਰ ਰੋਡ ਗਿੱਲਾ ਨਾ ਵੀ ਥੱਲੇ ਪਾਣੀ ਨਹੀਂ ਤੇਜ਼ ਆ ਜਿਹੜਾ ਵਿਚਾਰਾ ਵੀ ਭਿੱਜ ਗਿਆ ਹੋ ਗਿਆ ਕੰਮ ਆਪਣਾ
ਹੁਣ ਤਾਂ ਇੱਥੇ ਜਗ੍ਹਾ ਵੀ ਨਹੀਂ ਬਣੀ ਇੱਥੇ ਰੁਕ ਜਾਈਏ। ਆਪਣੇ ਮੋਟਰਸਾਈਕਲ ਦੀ ਪਹਿਲੀ ਮੀਂਹ ਦੇ ਵਿੱਚ ਰਾਈਡ ਹੋ ਗਈ ਹੈ ਵੀ। ਬਾਕੀ ਤਾਂ ਕੋਈ ਨਹੀਂ, ਸਲਿਪ ਹੋਣ ਦਾ ਡਰ ਹੁੰਦਾ ਹੈ ਕਿਉਂਕਿ ਕਟਾਈ ਥੋੜ੍ਹੀ ਡਿਫਰੈਂਟ ਜਿਹੀ ਹੈਗੀ ਇੱਥੇ, ਕਟਾਈ ਥੋੜ੍ਹੀ ਗੰਦੀ ਹੈ ਇੱਥੇ ਵੀ। ਅਤੇ ਬਾਈਕ ਨਾਲ ਹੁਣ ਮੇਰਾ ਪਹਿਲਾ ਐਕਸਪੀਰੀਅੰਸ ਹੈ ਮੀਂਹ ਦੇ ਵਿੱਚ, ਭਿੱਜ ਕੇ ਜਾਵਾਂਗੇ ਪੂਰਾ। ਗੋਪਰੋ ਭਰਾਵਾ ਠੀਕ ਰਹਿ ਪਏ, ਅਡੈਪਟਰ ਨੂੰ ਨਾ ਕੁਛ ਹੋਵੇ, ਨਹੀਂ ਤਾਂ ਫਿਰ ਆਪਣੇ ਬਾਕੀ ਅਗਲੀਆਂ ਰਾਈਡ ਦੀਆਂ ਵੀਡੀਓ 'ਚ ਜਿਹੜੀ ਵਲੋਗਿੰਗ ਹੋਣੀ ਉਹ ਤਾਂ ਪੰਗਾ ਪੈ ਜਾਣਾ ਹੈ। ਸੈਟਰਡੇ ਦਾ ਮੈਂ ਸੋਚਿਆ ਹੋਇਆ ਰਾਈਡ ਦਾ ਵੈਸੇ, ਬਾਕੀ ਚਲੋ ਹੁਣ ਦੇਖਦੇ ਹਾਂ। ਹੁਣ ਤਾਂ ਘਰ ਜਾ ਕੇ ਪਤਾ ਲੱਗੂਗਾ, ਇੱਥੇ ਪੈਟਰੋਲ ਪੰਪ ਕੋਈ ਮਿਲੇ ਉੱਥੇ ਰੁਕ ਕੇ ਅਡੈਪਟਰ ਲਾਉਣਾ ਪਹਿਲਾਂ ਮੈਂ। ਬਿਜਲੀ ਲਸ਼ਕੀ ਜਾਂਦੀ ਹੋਰ, ਹੁਣ ਜ਼ੋਰ ਲਾਉਣਾ ਪੂਰਾ ਇਹਨੇ ਹੁਣ। ਕਿੱਦਾਂ ਵਧੀਆ ਕੀਤਾ ਪਾਇਆ ਮੈਂ ਵਧੀਆ ਕੀਤਾ ਪਾਇਆ। ਚੱਲਦੇ ਆਪਾਂ ਇੱਥੇ, ਰੁਕਣਾ ਥੋੜਾ ਹੁਣ। ਹਾਂ ਮੈਂ ਤਾਂ ਆਹ ਖੋਲਣ ਲੱਗਾ।